ਇੱਕ ਡਬਲ ਮਰਡਰ ਹੋਇਆ ਹੈ। ਪਿਓ ਪੁੱਤ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਡਬਲ ਮਰਡਰ ਇੱਕ ਕਤੂਰੇ ਦੇ ਲਈ, ਇੱਕ ਕੁੱਤੇ ਦੇ ਬੱਚੇ ਦੇ ਲਈ ਹੋਇਆ ਹੈ। ਜੀ ਹਾਂ, ਸਹੀ ਸੁਣਿਆ ਤੁਸੀਂ। ਲਓ ਰਿਪੋਰਟ ਵੇਖੋ। ਕਤੂਰੇ ਪਿੱਛੇ ਦੋ ਦੋ ਕਤਲ। ਸਮਾਜ ਤੁਰ ਪਿਆ ਕਿੱਧਰ ਵੱਲ? ਕਿਉਂ ਸ਼ਾਂਤੀ ਨਾਲ ਨਹੀਂ ਕੱਢਿਆ ਜਾਂਦਾ ਵਿਵਾਦਾਂ ਦਾ ਹੱਲ? ਜੀ ਹਾਂ, ਇੱਕ ਬੇਹੱਦ ਹੈਰਾਨ ਕਰਦਾ ਤੇ ਸਨਸਨੀਖੇਜ਼ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ, ਜਿੱਥੇ ਕਤੂਰੇ ਜੀ ਹਾਂ ਇੱਕ ਕਤੂਰੇ ਨੂੰ ਲੈ ਕੇ ਹੋਏ ਵਿਵਾਦ ਦੇ ਚਲਦਿਆਂ ਦੋ ਦੋ ਕਤਲ ਹੋ ਗਏ। ਪਿਓ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ। ਮ੍ਰਿਤਕ ਪਿਓ ਪੁੱਤ ਦੀ ਪਛਾਣ 55 ਸਾਲਾ ਮਨਿੰਦਰ ਸਿੰਘ ਤੇ 32 ਸਾਲਾ ਅਮਰੀਕ ਸਿੰਘ ਵਜੋਂ ਹੋਈ ਹੈ। ਪਿੰਡ ਦੇ ਕੁਝ ਲੋਕਾਂ ਤੇ ਪਿਓ ਪੁੱਤ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਦੱਸਿਆ ਜਾ ਰਿਹਾ ਕਿ ਮੁਲਜ਼ਮ ਨਸ਼ੇ 'ਚ ਧੁੱਤ ਸੀ। ਇਹਨਾਂ ਨੇ ਦੋਵੇਂ ਪਿਓ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਸਭ ਦੌਰਾਨ ਇੱਕ ਮਹਿਲਾ ਵੀ ਜ਼ਖਮੀ ਹੋ ਗਈ, ਜੋ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਗੱਲ ਤਾਂ ਜੀ ਕੁਛ ਵੀ ਨਹੀਂ ਹੋਈ, ਵੀ ਮੰਨ ਲਓ ਕੋਈ ਕੁੱਤਾ ਪਿੰਡ 'ਚੋਂ ਲਿੱਤਾ ਸੀਗਾ, ਅਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ, ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਿਹਾ ਜੀ ਉਹ, ਅਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ, ਮੰਨ ਲਓ ਮਾਰ ਕੇ ਗਏ ਨੇ, ਨਾਲੇ ਉਹਨਾਂ ਨੂੰ ਹਾਂ ਕਰਤੀ, ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ, ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਤੂਰਾ ਜੀ, ਹੈ ਨਾ, ਅਤੇ ਵੀ ਬਸ ਉਹ ਨਸ਼ੇੜੀ ਬੰਦੇ ਸੀਗੇ ਜੀ, 7-8 ਜਾਣੇ ਮੇਰੇ ਖਿਆਲ, ਅਤੇ ਬਸ ਸ਼ਾਮ ਨੂੰ 8:30 ਵਜੇ ਜੀ, ਮੰਨ ਲਓ ਦਾਣਾ ਮੰਡੀ 'ਚ ਆਏ ਪਹਿਲਾਂ, ਦਾਣਾ ਮੰਡੀ 'ਚੋਂ ਘਰ ਆ ਗਏ ਜੀ, ਘਰ ਆ ਕੇ ਅਤੇ ਬਸ ਕੰਧਾਂ ਕੁੰਧਾਂ ਟੱਪ ਕੇ ਜੀ, ਅਤੇ ਬਾਹਰ ਕੱਢ ਕੇ ਇਹਨਾਂ ਦੇ ਸੱਟਾਂ ਮਾਰ ਗਏ ਜੀ, ਸੱਟਾਂ ਮੰਨ ਲਓ ਜ਼ਿਆਦਾਤਰ ਸਿਰ 'ਚ ਹੀ ਲਾਈਆਂ ਜੀ ਸੱਟਾਂ। ਜੀ ਹਾਂ, ਵਾਰਦਾਤ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਜਦ ਤੁਹਾਨੂੰ ਇਸ ਦੋਹਰੇ ਕਤਲਕਾਂਡ ਦੇ ਪਿੱਛੇ ਦੀ ਵਜ੍ਹਾ ਪਤਾ ਲੱਗੇਗੀ ਤਾਂ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰਾ ਝਗੜਾ ਪਾਲਤੂ ਕੁੱਤੇ ਨੂੰ ਲੈ ਕੇ, ਇੱਕ ਕਤੂਰੇ ਨੂੰ ਲੈ ਕੇ ਹੋਇਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਨੇ ਇੱਕ ਕਤੂਰਾ ਯਾਨੀ ਕਿ ਕੁੱਤੇ ਦਾ ਬੱਚਾ ਮ੍ਰਿਤਕ ਨੌਜਵਾਨ ਨੂੰ ਦਿੱਤਾ ਸੀ, ਪਰ ਦੂਜੇ ਪਾਸੇ ਉਸੇ ਵਿਅਕਤੀ ਨੇ ਪਿੰਡ ਦੇ ਕੁਝ ਹੋਰ ਲੋਕਾਂ ਨੂੰ ਵੀ ਕਤੂਰਾ ਦੇਣ ਦਾ ਵਾਅਦਾ ਕੀਤਾ ਸੀ, ਜਿਸ ਕਰਕੇ ਉਹ ਲੋਕ ਇਹਨਾਂ ਦੇ ਘਰ ਕਤੂਰਾ ਲੈਣ ਪਹੁੰਚ ਗਏ। ਇੱਥੋਂ ਹੀ ਤੂੰ ਮੈਂ ਇੰਨੀ ਜ਼ਿਆਦਾ ਵੱਧ ਗਈ ਕਿ ਡਬਲ ਮਰਡਰ ਹੋ ਗਿਆ। ਵਾਰਦਾਤ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਦੀਆਂ ਟੀਮਾਂ ਵੀ ਫੌਰਨ ਮੌਕੇ 'ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਵਜ੍ਹਾ ਰੰਜਿਸ਼ ਇਹ ਹੈ ਜੀ ਕਿ ਕਰੀਬ 3-4 ਦਿਨ ਪਹਿਲਾਂ ਅਮਰੀਕ ਸਿੰਘ ਇੱਕ ਕਤੂਰਾ ਲੈ ਕੇ ਆਇਆ ਸੀ ਅਤੇ ਏਕਮਜੋਤ ਸਿੰਘ ਕਹਿੰਦਾ ਸੀਗਾ ਕਿ ਉਹ ਕਤੂਰਾ ਮੇਰਾ ਹੈ ਅਤੇ ਤੂੰ ਉਹ ਮੈਨੂੰ ਵਾਪਸ ਕਰ ਦੇ। ਇੱਕ ਕਤੂਰੇ ਮਗਰ ਹੀ ਇਹ ਲੜਾਈ ਹੋਈ ਸੀ, ਜਿਸ ਵਿੱਚ 2 ਬੰਦਿਆਂ ਦੀ ਮੌਤ ਹੋ ਗਈ ਹੈ ਅਤੇ 1 ਦਰਸ਼ਨ ਕੌਰ ਗੰਭੀਰ ਹਾਲਤ ਵਿੱਚ ਹਸਪੀਟਲ ਵਿੱਚ ਐਡਮਿਟ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ। ਟੈਕਨੀਕਲ ਐਵੀਡੈਂਸ ਹਿਊਮਨ ਇੰਟੈਲੀਜੈਂਸ ਰਾਹੀਂ SHO ਤਲਵੰਡੀ ਸਾਬੋ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਬਾਏ ਨੇਮ ਦਰਜ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ। ਵਾਰਦਾਤ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਇੱਕ ਬੇਜ਼ੁਬਾਨ ਨੂੰ ਲੈ ਕੇ ਹੋਏ ਵਿਵਾਦ ਨੇ 2 ਲੋਕਾਂ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹੁਣ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ। ਪੁਲਿਸ ਦਾ ਵੀ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। BTC ਨਿਊਜ਼ ਦੇ ਲਈ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਦੀ ਰਿਪੋਰਟ।